ਅਸਲਾਮੁਆਲਿਕਮ ਮੇਰਾ ਨਾਮ ਹੈ ਜ਼ੈਮਬਾਸਾ ਦਿਸਮਰਾ YouTube ਚੈਨਲ ਵੇਦੇ ਪਿਓ ਸਾਊਦੀ ਵੀਜ਼ਾ ਇਨਫੋ ਅ ਸਭ ਤੋਂ ਪਹਿਲਾਂ ਜਿਨ੍ਹਾਂ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਮੈਂ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਔਰ ਜਿਹੜੇ ਮੇਰੇ ਨਵੇਂ ਭਾਈਨ ਮੇਰੀ ਰਿਕਵੈਸਟ ਹੁੰਦੀ ਹੈ ਕਿ ਮੇਰੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਰਹਾ ਹੈ ਬੈਲ ਆਈਕਨ ਤੇ ਲਾਜ਼ਮੀ ਕਲਿੱਕ ਕਰ ਰਹਾ ਤਾਂ ਕਿ ਮੇਰੀਆਂ ਆਉਣ ਵਾਲੀ ਵੀਡੀਓ ਤੁਹਾਨੂੰ इजीली ਮਿਲਦੀ ਰਹੇ ਫਰੈਸ਼ ਡਰਾਈਵਰ ਤੇ ਮੈਂ ਇੱਕ ਜਲਦੀ-ਬਲਦੀ ਵੀਡੀਓ ਅਪਲੋਡ ਕਰ ਲਾਵਾਂ ਜਿਤਨੇ ਹੀ ਫਰੈਸ਼ ਡਰਾਈਵਰ ਬੰਦੇ ਹਸਟਾ ਮੈਂ ਉਹ ਆਪਣਾ ਤੁਹਾਨੂੰ ਨੁਕਸਾਨ ਕਰਨਾ ਹੀ ਕਰਨਾ ਲੇਕਿ ਜਲਦਬਾਜ਼ੀ ਦੇ ਵਿੱਚ ਉਹਦੀ ਵਜ੍ਹਾ ਮੈਂ ਦੱਸਣ ਤੁਹਾਨੂੰ ਜਲਦਬਾਜ਼ੀ ਸਾਡੇ ਬੰਦੇ ਨੂੰ ਇਤਨੀ ਜਲਦਬਾਜ਼ੀ ਹੈ ਕਿ ਬੰਦੇ ਕਹਿੰਦੇ ਨੇ ਕਿ ਪਾਸਪੋਰਟ ਦੇਈਏ 10 ਦਿਨ ਬਾਅਦ ਵੀਜ਼ਾ ਆ ਜਾਵੇ 12 ਦਿਨ ਬਾਅਦ ਪ੍ਰੋਟੈਕਟਰ ਹੋ ਜਾਵੇ ਇੰਸ਼ੋਰੈਂਸ ਹੋ ਜਾਵੇ ਔਰ 14 ਤੋਂ 15 ਦਿਨ ਬਾਅਦ ਯਾਨੀ ਕਿ ਉਸ ਦੋ ਤਿੰਨ ਦਿਨ ਬਾਅਦ ਸਾਡੇ ਵੀਜ਼ਾ ਟਿਕਟ ਹੋ ਜਾਵੇ ਔਰ ਟਿਕਟ ਵੀਜ਼ਾ ਨੇ ਆਪਣੀ ਮਰਜ਼ੀ ਦੇ ਮਿਲ ਜਾਵੇ اسلامਬਾਦ ਔਰ ਲਾਹੌਰ ਦਾ ਇਹ ਤਰ੍ਹਾਂ ਚੀਜ਼ਾਂ ਬੇਨਾਮ ਔਮਕਨ ਭਾਈ ਹਰ ਚੀਜ਼ੇ ਇੱਕ ਟਾਈਮ ਲੱਗਦਾ ਹੈ ਤੁਸੀਂ ਕਿਸੇ ਬੰਦੇ ਕੋਲ ਉਹ ਕੰਮ ਕਰਵਾ ਰਹੇ ਹੋ ਉਸ ਨੂੰ ਥੋੜਾ ਟਾਈਮ ਦਿਓ ਠੀਕ ਹੈ ਜਿਸ ਤਰ੍ਹਾਂ ਹੀ ਉਹਦੇ ਆਪਣਾ ਵੀਜ਼ੇ ਫਰੈਸ਼ ਆਉਣ ਨੂੰ ਆਪਣੇ ਬੰਦੇ ਭੇਜਵਣ ਨੇ ਕਿ ਭਾਈ ਆਪਣੇ ਜੱਜ ਜੱਸੀ ਅਲਗੋ ਬੰਦਾ ਥਰੂ ਕੰਮ ਕਰਵਾਉਂਦਾ ਹੈ। ਔਰ ਉਹਨੇ ਆਪਣੇ ਬੰਦੇ ਬੁਲਾਣੇ ਆਉਂਦੇ ਨੇ ਫਿਰ ਉੱਥੇ ਜਗ੍ਹਾ ਤੇ ਸੈਟਿੰਗ ਕੀਤੀ ਹੁੰਦੀ ਹੈ ਬੰਦੇ ਦੇ ਟਰਾਈ ਪਾਸ ਕਰਵਾਉਣੇ ਕਿਉਂਕਿ ਅਕਸਰ ਬੰਦੇ ਸਾਢੇ ਤਕਰੀਬਨ 95% ਡ్రਾਈਵਰ ਹੁੰਦੇ ਹੀ ਕੋਈ ਨਹੀਂ ਭਾਈ ਫਰੈਸ਼। ਸਿਰਫ ਉਹਨਾਂ ਜਾਣਾ ਜਾ ਕੇ ਉੱਥੇ ਆਪਣਾ ਟਰਾਈ ਦੇਣੀ ਟਰਾਈ ਫੇਲ ਹੋ ਜਾਣੀ। ਅਗਰ ਉਹ ਹੀ ਏਜੰਟ ਆਪਣਾ ਤਰਤੀਬ ਕਰਨੀ ਹੁੰਦੀ ਏ ਕਿ ਕੋਈ ਚਾਰ ਪੰਜ ਬੰਦੇ ਹੁੰਦੇ ਨੇ ਉਹਨਾਂ ਚਾਰ ਪੰਜ ਬੰਦਿਆਂ ਨਾਲ ਉਸ ਗੱਲਬਾਤ ਕਰਨੀ ਹੁੰਦੀ ਏ ਅਗਰ ਤੁਹਾਡੇ ਕੋਲ ਪੰਜ 10 15 20000 ਰੁਪਏ ਉਹਨਾਂ ਲਈ ਹੋਇਆ ਫालतू ਤਾਂ ਉਹਨੇ ਪੈਸੇ ਤਕਸੀਮ ਕਰਨੇ ਨੇ ਭਾਈ ਉਹਨੇ ਇੱਕ ਬੰਦੇ ਆਪਣੇ ਪੈਸੇ ਨਹੀਂ ਖਾਣੇ ਤੁਹਾਡੇ ਲਿਆਜ਼ ਮਿਹਰਬਾਨੀ ਕੀਤੀ ਕਰੋ ਥੋੜਾ ਵੇਟ ਕਰ ਲਵੋ ਫਰੈਸ਼ ਡਰਾਈਵਰ ਦਾ ਵੀਜ਼ਾ ਵੈਸੇ ਹੀ ਮਾਰਕੀਟ ਦੇ ਵਿੱਚ ਸ਼ਾਰਟ ਹੈ ਉਹ ਜਿਹੜੇ ਵੀਜ਼ੇ ਆਲਰੇਡੀ ਆਏ ਪੈਨੂੰ ਭਾਈ ਪੰਜ ਪੰਜ ਮਹੀਨੇ ਛੇ ਛੇ ਮਹੀਨੇ ਲੋਕਾਂ ਦੇ ਪਾਸਪੋਰਟ ਔਰ 50 50000 ਰੁਪਏ ਜਮ੍ਹਾਂ ਹੋਇਆ ਪਿਆ ਭਾਈ ਉਹ ਆਪਣੇ ਬੰਦੇ ਨੂੰ ਬੁਲਵਾ ਲੈਂਦੇ ਨੇ ਆਪਣੇ ਬੰਦੇ ਨੂੰ ਬੁਲਵਾ ਕੇ ਉਸ ਤੋਂ ਬਾਅਦ ਉਹ ਆਪਣਾ ਉਹਨਾਂ ਦੇ ਇਹ ਨੰਬਰ ਟਰਾਈਓ ਅਲਰੇਡੀ ਨਾ ਦੀਓ ਕਲੀਅਰ ਕਰਵਾ ਲੈਂਦੇ ਉਸ ਤੋਂ ਬਾਅਦ ਉਹ ਆਪਣਾ ਉਹ ਕਰਵਾ ਲੈਂਦੇ ਨਾ ਇਹ ਨੰਬਰ ਰਿਸ਼ ਕਰਵਾ ਲੈਣ ਨਾ ਜਲਦੀ ਜਲਦੀ ਲਿਆਜ਼ ਮੇਰੀ तमाम ਦੋਸਤਾਂ ਕੋ ਰਿਕਵੈਸਟ ਹੈ ਫਰੈਸ਼ ਬੰਦੇ ਆ ਵਾਸਤੇ ਖਾਸ ਕਰ ਕਿ ਭਾਈ ਥੋੜਾ ਵੇਟ ਕਰ ਲਵੋ ਸਬਰ ਕਰ ਲਵੋ ਇਤਨੀ ਜਲਦਬਾਜ਼ੀ ਨਾ ਕਰੋ ਮੈਂ ਰੇਟ ਕਿ ਤੁਹਾਨੂੰ ਵੀਜ ਦੇ ਤੱਕ ਮੈਂ ਤੁਹਾਨੂੰ ਇੱਕ ਨਾ ਸੈਂਪਲ ਸੈਂਪਲ ਗੱਲ ਦੱਸ ਦੇਵਾਂ ਜਿਹੜੇ ਭਾਈਆ ਦਿਨ ਨਾ ਕਿ ਅਸੀਂ ਬਿਲਕੁਲ ਹੀ ਗਰੀਬ ਹਾਂ ਬਿਲਕੁਲ ਹੀ ਸਾਡਾ ਕੋਈ ਨਹੀਂ ਕਿ ਅਸੀਂ ਬੜੇ ਪਰੇਸ਼ਾਨ ਹਾਂ ਯਾਰ ਦੇਖੋ ਭਾਈ ਅੱਜ ਕੱਲ ਹਰ ਬੰਦਾ ਹੀ ਗਰੀਬ ਹੈ करोड़पति भी आख तो सुन कि यार तू हो सक मेरे हालात ही माड़े हैं और उसने तो ये गल करनी है साढ़े त्रा लख रुपये तू लैके चार लाख सत्तर हज़ार अस्सी हज़ार तक अपना माइंड बना के रखो फ्रैश ड्रैवर अगर जिस जाना है तो जिस सिर्फ चस्के लैने गलों के मजे लैने पासपोर्ट एक दफा एक्सपायर हो गया पाँच साल का फिर दूसरी दफा दस साल का बनवा एक्सपायर हो गया वह बंद जी हैं वह का टाइम ज़ाया ना, ना किता करो ਉਦੀ ਵਜ੍ਹਾ ਮੈਂ ਦੱਸਦਾ ਤੁਹਾਨੂੰ ਇਹ ਹੁੰਦਾ ਕਿ ਯਾਰ ਅਸਟ 66 ਰੁਪਇਆ ਰਿਆਲ ਚਲਦਾ ਪਿਆ ਤੁਸੀਂ ਅਗਰ ਜਾਣਾ সৌদি ਅਰਬ ਦੇ ਵਿੱਚ ਤਾਂ ਤੁਸੀਂ ਪੈਸੇ ਕਮਾਣੇ ਨਾ ਭਾਈ ਇੱਕ ਦਫ਼ਾ ਤਾਂ ਲਾਣੇ ਪਉਂਦੇ ਨੇ ਹੁਣ ਆਦੇ ਨਹੀਂ ਇਟਲੀ ਦੇ ਵੀਜ਼ਾ ਜਿਹੜਾ ਯੂਰਪ ਦੇ ਇਟਲੀ ਦੇ ਵੀਜ਼ਾ ਯਾਰ ਉਹ ਬੜਾ ਸਸਤਾ ਮਿਲਵਾਂਦਾ ਯਾਰ ਲੇਕਿਨ ਲੋਕੀ 3 3 ਲੱਖ ਰੁਪਇਆ 5 5 ਲੱਖ ਰੁਪਇਆ ਪੇ ਕਰਦੇ ਨੇ ਲੇਕਿਨ ਜੇ ਬੰਦ ਤੁਹਾਨੂੰ ਕਹਿੰਦੇ ਯਾਰ ਇਹ ਤੇ ਵੀਜ਼ਾ ਹੈ ਵੀ ਆਪਣਾ 17 18 18 ਲੱਖ ਦਾ ਵੀਜ਼ਾ ਯਾਰ ਤੁਸੀਂ ਜਿੰਨਾ ਮਹਿੰਗਾ ਲੈ ਕੇ ਉਦੀ ਵਜ੍ਹਾ ਸਿਰਫ ਇਹ ਹੁੰਦੀ ਕਿ ਜਿਸ ਏਜੰਟ ਕੋਲੋਂ ਕੰਮ ਕਰਵਾਉਣਾ ਹੁੰਦਾ ਨਾ ਉਸ ਦੇ ਵਿੱਚ ਆ ਤਿਆਰ ਆ ਕੋਸ਼ਿਸ਼ ਕੀਤੀ ਕਰੋ ਜੋ ਵੀ ਮੇਰਾ ਭਾਈ ਫਰੈਸ਼ ਹੈ ਪਰ ਸऊदीਆ ਰਾਬ ਵਾਸਤੇ ਜਾ ਰਹਿਣਾ ਉਹਨਾਂ ਨੇ ਕੋਸ਼ਿਸ਼ ਕਰੋ ਕਿ ਭਾਈ ਆਪਣੀ ਤੁਸੀਂ ਨਾ ਇੱਕ ਅੱਛੀ ਜਿਹੀ ਸੀਵੀ ਬਣਵਾਓ ਸਕੈਨ ਕਰਵਾਓ ਸਕੈਨ ਕਰਵਾ ਕੇ ਉਹ ਕਿਸੇ ਅੱਛੇ ਜਿਹੇ ਏਜੰਟ ਨੂੰ ਦਿਓ ਏਜੰਟ ਨੂੰ ਕੋਈ ਲਾਲਚ ਦਿਓ ਪੈਸਿਆਂ ਦਾ ਤੁਹਾਡੇ ਪੈਸੇ ਉਹਨਾਂ ਦੱਸੇ ਉਹਨੂੰ ਦਾ 15 2000 ਰੁਪਏ ਦਿਓ ਕਿ ਭਾਈ ਟਰਾਈ ਜੀ ਪਾਸ ਕਰਵਾਵਣਾ ਹੈ ਆ ਮਹੀਨੇ 2 ਲੱਗੇ 4 ਲੱਗੇ 6 ਲੱਗੇ ਜਿਹੜੀ ਵੈਕੰਸੀ ਆਵੇ ਸਨ ਭਾਈ ਹਰ ਹਾਲ ਚ ਕਢਾਉਣਾ ਹੈ ਆ ਤੁਸੀਂ ਵਿਚੰਤੇ ਹੋ ਵਸੋ ਘਰ ਉਹਨਾਂ ਟੈਨਸ਼ਨ ਕੋਣ ਨਾ ਬਾਈਪਾਸੇ ਕਮਾਉਣ ਨੇ ਉਹਨਾਂ ਦਾ ਇਹ ਸਿਸਟਮ ਹੁੰਦਾ ਤੁਸੀਂ ਲਾਲਚ ਦੇ ਸੋ ਤੁਹਾਡਾ ਕੰਮ ਜਲਦੀ ਹੋਵੇ ਸੀ ਠੀਕ ਹੋ ਗਿਆ ਬਾਕੀ ਇੱਕ ਗੱਲ ਇਹ ਹੋ ਗਈ ਦੂਸਰੀ ਗੱਲ ਰਿਟਰਨ ਡਰਾਈਵਰ ਮੈਂ ਰਿਟਰਨ ਡਰਾਈਵਰ ਤੇ ਵੀਡੀਓਸ ਬਣਾਉਂਦਾ ਪਿਆ ਤੇ ਸਾਡੇ ਰਿਟਰਨ ਡਰਾਈਵਰ ਇੱਕ ਜਾਸੇ ਬਾਈ ਵਧੇ ਨਾ ਜਿਹੜੇ ਚੰਗੀ ਤਨਖਾਹ ਮੰਗਸੇਨ ਉਮਰ ਆਪਣੀ ਕੋਈ ਨਾ ਵੈਕਸੇਨ ਉਮਰ ਕਿਤਨੀ ਹੋ ਗਈ ਹੈ ਉਮਰ 45 ਤੋਂ ਪਲੱਸ ਹੋਈ ਹੋਦੀ ਬੰਦਿਆਂ ਦੀ ਚੰਗੀ ਤਨ ਖਾ ਮੰਗਸੇਨ ਤਾਂ ਖਰਚਾ ਘਟ ਮੰਗਸੇਨ ਵਿੱਚ ਦਾ ਖਰਚਾ ਤਕਰੀਬਨ ਵਦਨ 2 ਲੱਖ 2 ਲੱਖ 20000 ਰੁਪਏ ਹੋਵੇ ਇਹ ਨਹੀਂ ਹੋ ਸਕਦਾ ਭਾਈ ਜਿਹੜਾ ਬੰਦਾ ਤੁਮਰਾ ਦਾ ਨਾ ਕਿ ਮੈਂ ਤੁਨ 2 ਲੱਖ ਹੀ ਕਿ 20 ਤੁਮ ਮੇਰੇ ਰਿਟਰਨ ਬੰਦਨ ਦਾ ਮੈਂ ਕੰਮ ਕਰਵਾ ਦੇ ਤੁਸੀਂ ਮੈਂ 1 ਲੱਖ ਰੁਪਏ 50000 ਰੁਪਏ ਦੀ ਉਹ ਮੈਡੀਕਲ ਕਰੋ ਫੋਰੀ ਬਤ ਨਹੀਂ ਨੰਬਰ ਇਹ ਨੰਬਰ ਤੁਨੇ ਸ਼ੁਕਰ ਦੇਸੀ ਉਹ ਉਸ ਸਮੇਂ ਤੁਹਾਡੇ ਵੀਜ਼ਾ ਕੋ ਨਹੀਂ ਲੱਗਣਾ ਇਹ ਮੈਂ ਪਾਕਿਸਤਾਨ ਆ ਕੇ ਤਕਰੀਬਨ 4 ਮਹੀਨੇ ਅਗਰ ਮੈਚਸ ਆ ਵੇਖ ਰਹੀ ਆ ਇੱਥੇ ਭਾਈ ਹਰ ਬੰਦਾ ਠੱਗਣ ਵਾਲਾ ਹਿਕ ਦਵੇ ਨੂੰ ਤੁਸੀਂ ਜਦ ਨਹੀਂ ਕੋਸ਼ਿਸ਼ ਕਰਸੋ ਨਾ ਕਿ ਮੈਂ ਆਪਣਾ ਉਸ ਪ तो तकरीबन ये कोशिश नाइनटी नाइन परसेंट मैं इस किस तरीके पैसे लेँ पैसा ले कर लँ इस्तेमाल कर लं लिहाजा भाई रिटर्न ड्राइवर वास्तरी रिक्वेस्ट है कि भाई अगर तुम जाए तैसे कमाने जाओ लेकिन भाई अगले की मर्जी थोड़े कोसेने बाठ रुपये हरियाल चलता अगले तो तो को नहीं कि तो दो भी मिनट दे दिए इस टाइम त्रा त्री त्रै सक रिटर्न ड्राइवर का वीज़ा लगा भी पिछले दिन कंपनी के वीजा आए हो जनाब तेईव सौ रुपये बेसिक सैलरी आई प्लस ट्रिप आई मैं एक बंद नीजे वास्तव उस मैंने रब मैं ठीक उन्होंने मैं उस मैं उस शिरका मैं तो उस कंपनी जो रेट है ना तरह लाख स हज़ार रुपये त्रा सठ मैं दाह छुड़वाया साढ़े त्रा लख रुपया बच गया साढ़े त्रा लख रुपया भी उन्हें दे इतना मसला खड़ा होता भाई यार वीज़ा ऐन जी यार फलान डिमका मखान यार चल कोई नहीं मखान तू ना कोई होता भीज़ा कंप्लीट हो गया वो बंदा खुदा की कस्म बारह सौ सैलरी ते 120000 ਸੈਲਰੀ ਤੇ 345000 ਰੁਪਏ ਦੇ ਕੇ ਤੇ ਵੀਜ਼ਾ ਲੈ ਕੇ ਚਲਾ ਗਿਆ ਇਥੇ ਮੈਂ ਦੱਸੂ ਕਿਹੜੇ ਕਿਸੇ ਬੰਦੇ ਨਾਲ ਭਲਾ ਕਰਾਂ ਮੈਨੇ ਇੱਕ ਦੋਸਤ ਨੇ ਇੱਕ ਦਿਨ ਮੈਨੂੰ ਗੱਲ ਕੀਤੀ ਮੈਸੇਜ ਉਸ ਯਾਰ ਤੂੰ ਚੇਂਜ ਹੋ ਗਿਆ ਪਾਕਿਸਤਾਨ ਆ ਕੇ ਮੈਨੂੰ ਭਾਈ ਦੇਖੋ ਹਾਲਾਤ ਇਨਸਾਨ ਨੂੰ ਚੇਂਜ ਕਰਦੇ ਹਨ ਇਨਸਾਨ ਨਹੀਂ ਚੇਂਜ ਹੁੰਦਾ ਇਨਸਾਨ ਉਥੇ ਦੁਥੇ ਰਹਿੰਦਾ ਮੈਂ ਇਤਨਾ ਇੱਕ ਨੁਕਸਾਨ ਹੋਇਆ ਪਿਆ ਇਸ ਸਿਰਫ ਲੋਕਾਂ ਦੀ ਮਦਦ ਕਰਨ ਲਈ ਮੈਂ ਉਹਨਾਂ ਬਲਕਿ ਛੋੜ ਦਿੱਤੀ ਮਦਦ ਕਰਨ ਲਈ ਮੈਂ ਸਿਰਫ ਵੀਡੀਓ ਅਪਲੋਡ ਕਰਦਾ ਮੈਨੂੰ ਕੋ ਰਾਬਤਾ ਕਰੇ ਮੈਂ ਯਕੀਨ ਮਨੋ ਕੋ ਰਿਸਪੌਂਸ ਹੀ ਕੋ ਨਾ ਦਿੰਦਾ ਵਜੇ ਹੁੰਦੀ ਏ ਇਹ ਨੰਬਰ ਸ਼ੁਕਰਾਲਾ ਹਸਨ ਇਹ ਨੰਬਰ ਸ਼ੁਕਰਵਾ ਕੇ ਨਾਲ ਲੈਕਸਨ ਯਾਰ ਸਾਡੀ ਸਲਾਹ ਆ ਰਹੀ ਪੈਸੇ ਨਹੀਂ ਬਣਦੇ ਯਾਰ ਮੇਰੀ بیوی ਬਿਮਾਰ ਹੋ ਗਈ ਯਾਰ ਮੇਰੇ ਘਰ ਦੇ ਅੰਝਖ ਦੇ ਪੈਨ ਯਾਰ ਮੇਰੇ ਵਾਲਦ-ਵਾਲਦਾ ਦੇ ਨਹੀਂ ਜਾਣਾ ਸਾਡਾ ਤਵਕਲ ਹੁੰਦਾ ਹੈ ਤੂੰ ਥਾਂ ਰੋ ਭਾਈ ਪਹਿਲੇ ਇਹ ਨੰਬਰ ਕਿਉਂ ਕਢਵਾਇਆ ਇਹ ਨੰਬਰ ਕਢਵਾ ਕੇ ਬੰਦ ਨੰਬਰ ਬਲਾਕ ਕਰ ਛੁਣਨਾ ਠੀਕ ਹੈ ਬਾਦ ਪੈਸੇ ਨਾ ਭਜਨੇ ਉਹਨਾਂ ਨੂੰ 8-9 ਹਜ਼ਾਰ ਉਹਨਾਂ ਦਾ ਖਰਚ ਹੋਇਆ ਜਮਸੀ ਵਾਲਾ ਦਾ ਮੇਰਾ ਯਕੀਨ ਹੈ ਮਨਨਕ ਮੈਂ ਸਲਾਹਦਰ ਮੈਂ ਵੀ ਹੋਣ ਚੇਂਜ ਹੋ ਗਈਆਂ ਮੈਂ ਹੁਣ ਕੋਈ ਬੰਦਾ ਵੀ ਕਾਗਜ਼ ਵੇਈਦਾ ਨਾ ਮੈਂ ਉਸ ਨੂੰ ਪਹਿਲੀ ਗੱ ਆਪਣੇ ਭਾਈ ਦਾ ਤੋ 15000 2000 ਰੁਪਇਆ ਭਾਈ ਉਹ ਭਿਜਵਾ ਆਪਣੇ ਅਰਜਨ ਕਾਗਜ਼ ਵੀ ਭਿਜਵਾ ਜਿਸ ਟਾਈਮ ਬਈ ਫਰੈਸ਼ ਡਰਾਈਵਰ ਦੇ ਵੀਜ਼ਾ ਆ ਕੇ ਟਰਾਈ ਟਰਾਈ ਵਿੱਚ ਪਾਸ ਕਰੋ ਟਰਾਈ ਤਨ ਬਖਰੇ ਪੈਸੇ ਦੇਮੜੇ ਪੋਸਿੰਦਾ ਆਦਰ ਲੱਗੇ 5000 ਲੱਗੇ 800 ਤੂੰ ਆਪ ਮੁਕਾਉਣਾ ਤਨ ਮੁਕਵਾ ਵਿੱਚ ਖਲੋ ਕੇ ਦੇਸਾਂ ਲੇਕਿਨ ਤੂੰ ਆਪ ਸਾਰੇ ਕਨਾਂ ਹਾਂ ਟਰਾਈ ਪਾਸ ਕਰਵਾ ਕੇ ਅਗਲ ਵੀਜ਼ਾ ਲਵਾਉਣਾ ਸਾਰੋ ਚਲ ਠੀਕ ਮੈਂ ਆਪਣਾ O3 ਉਹ ਹਾਲ ਮੈਂ ਕਰਵਾ ਦਸਾਂ ਚਲ ਤੇਰੇ ਕਿਸੇ ਜਗ ਤੇ ਪੈਸੇ ਨਾ ਫਸੇ ਠੀਕ ਹੋ ਗਿਆ ਮੈਂ ਹੁਣ ਬਿਲਕੁਲ ਛੋੜ ਦਿੱਤਾ ਹੈ ਕਿ ਫਰੈਸ਼ ਡਰਾਈਵਰ ਦੇ ਆਪਣਾ ਵੀਜ਼ਾ ਦੇ ਜਾਓ ਈ ਨੰਬਰ ਇਸ਼ੂ ਕਰਵਾਓ ਨੰ ਟਰਾਈਆਂ ਪਾਸ ਕਰਵਾਓ ਇਹ ਸਾਰਾ ਕੁਝ ਜ हूँ भाई मेरा मैं बिलकुल ये काम नहीं करता जिस बंद भी करवा भाई वो पहले एजेंसी अकाउंट पैसे जमा करवाए समा दूर भी हज़ार रुपया अपना ओरिजनल पासपोर्ट मंगवाया सरिजनल तस्वीर ओरिजिनल अपना आई डी कार्ड कांग ओरिंग क्योंकि जरूरत बनती बाद बंद पै पी है ओरी ओरिजनल कलर कापी मंगवाई सफ़ आर संगवाए स ओरिजनल कागज़ जमा करवाए सीजे आ सो ट्राई दे ट्राई के पैसे वखरेला मंगवा के और ट्राई पास करवाए स ठीक हो गया ट्राई पास करवा के जोड़ा सौदा ਮੇਰੀ ਕੋਸ਼ਿਸ਼ ਜਿਹੜੀ ਹੈ ਕੋ 5000 2004 ਛੁਡਵਾਉਣ ਦੀ ਮਛੜਾਉਣ ਦੀ ਪੂਰੀ ਕੋਸ਼ਿਸ਼ ਕਰਸਾਂ ਠੀਕ ਹੋ ਗਿਆ 100% ਕਰੇ ਸਾਂ ਲੇਕਿਨ ਇਹ ਹੁਣ ਕੋਈ ਕੰਮ ਨਾ ਕਰਸਾਂ ਕਿ ਕਿਸੇ ਦਾ ਪਾਸਪੋਰਟ ਲੈ ਕੇ ਫਿਰ ਸਾਰਾ ਕੋਈ ਮੰਗਵਾ ਕੇ ਪੀਡੀਐਫ ਫਾਈਲ ਤੇ ਉਹ ਹੀ ਨੰਬਰ ਇਸ਼ੂ ਕਰਵਾ ਕੇ ਨਾਲ ਜਿਸਲਾ ਆ ਰਗੀ ਇਹ ਹੁਣ ਮੈਂ ਕੋਈ ਕੰਮ ਨਾ ਕਰਸਾਂ ਬਾਕੀ ਇਨਸ਼ਾਅੱਲਾ ਰਿਟਰਨ ਡਰਾਈਵਰ ਇੱਕ ਹੋਰ ਵੀ ਜਿਆ ਹੈ ਪੈਨ ਕੰਪਨੀ ਦੇ ਕੰਸਟਰਕਸ਼ਨ ਲੈਣ ਦੇ ਅਗਰ ਉਹ ਕੋਈ ਬੰਦਾ ਬਹਿਤ ਮੇਰੇ ਨਾਲ ਰਾਬਤਾ ਕਰੇ ਲੇਕਿਨ ਉਹ ਵੀ ਉਹ ਬੰਦਾ ਰੱਬ ਤੱਕ ਲਈ ਇਸ ਬੰਦੇ ਜਾਣਾ ਹੈ ਉਹ ਬੰਦਾ ਰੱਬ ਤੱਕ ਨਾ ਕਰੇ ਜਿਹਨੇ ਸਿਰਫ ਮਜ਼ਾ ਲੈਣਾ ਜੀ ਇੰਜੋਏ ਕਰਨਾ ਉਹ ਬਰਾਏ ਮਿਹਰਬਾਨੀ ਇੱਕ ਰੱਬ ਤੱਕ ਨਾ ਕੀਤਾ ਕਰੋ ਮੈਂ ਵੀਡੀਓ ਚ ਆਪਣਾ WhatsApp ਨੰਬਰ ਵੀ ਦਿੰਦਾ ਪਿਆ ਦੂਸਰੇ ਇੱਕ ਭਾਈ ਇਹ ਕੋਸ਼ਿਸ਼ ਕੀਤੀ ਕਿ ਸ਼ਾਮੀ ਪੁਆਇੰਟ ਬਾਅਦ ਮੇਰੇ ਰਿਕਵੈਸਟ ਹੈ ਕਿ ਯਾਰ ਨਾ ਰੱਬ ਤੱਕ ਨਾ ਕੀਤਾ ਕਰੋ ਵਾਇਸ ਮੈਸੇਜ ਕਰ ਦਿੱਤਾ ਕਰੋ ਜਿਹੜੇ ਭਰਾ 9 ਵਜੇ 10 ਵਜੇ ਰਾਤੀ ਕਾਲਾਂ ਕਰਕੇ ਸਰਵਿਤਨਾ ਇੱਕ ਪੁੱਛ ਦੇਣਾ ਕਿ ਭਾਈ ਵੀਜ਼ਾ ਆਇਆ ਕਿ ਨਹੀਂ ਉਹ ਭਾਈ ਮੈਨੂੰ ਸਵੇਰ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਏ ਮੇਰੀ ਕਿ ਰਿਕਵੈਸਟ ਹੈ ਯਾਰ ਇਹ ਮੈਂ ਥੋੜਾ ਚਲਣਾ ਮੈਨੂੰ ਸ਼ਾਮ ਟਾਈਮ ਬੜਾ ਮਸਲਾ ਖੜਾ ਹੁੰਦਾ ਕਿਉਂਕਿ ਮੈਂ ਫੈਮਿਲੀ ਚਾਉਣਾ ਹੁੰਦਾ ਉਸ ਬਾਅਦ ਕੋਈ ਕਿਸੇ ਪ੍ਰੋਗਰਾਮ ਤੇ ਜਾਣਾ ਹੁੰਦਾ ਗੱਪ ਸ਼ਪ ਹੁੰਦੀ ਦੋਸਤਾਂ ਨਾਲ ਪਰ ਬੰਦਾ ਉਹ ਪੰਜ ਤੋਂ ਬਾਅਦ ਅਗਰੇ ਅਟੈਂਡ ਕਰਨਾ ਸ਼ੁਰੂ ਕਰਦੇ ਮੇਰੇ ਸਾਰੇ ਦਿਨੇ ਹੀ ਕੰਮ ਹੁੰਦਾ ਤੇ ਬਾਕੀ انشاءਲ ਨੈਕਸਟ ਵੀਡੀਓ ਮੁਲਾਕਾਤ ਕਰਦੇ ਹਾਂ ਸ਼ੁਕਰੀਆ